ਹੈਲੋ ਸਟੂਡੈਂਟਸ ਸਵਾਗਤ ਕਰਦੇ ਆਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ HiFi Exam Study ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ ਪੰਜਾਬੀ ਹਿਸਟਰੀ ਦੀ ਤਿਆਰੀ ਕਰ ਰਹੀਆਂ ਮੇਰਾ ਅੱਜ ਦਾ ਟੌਪਿਕ ਹੈ ਅਬਦੁਲ ਸਮਦ ਖਾਨ ਜੋ ਕਿ ਪੰਜਾਬ ਦਾ ਗਵਰਨਰ ਸੀ ਅਤੇ ਇਹ ਮੁਗਲਾਂ ਦੇ ਟਾਈਮ ਤੇ ਪੰਜਾਬ ਦਾ ਗਵਰਨਰ ਰਿਹਾ ਹੈ ਸੋ ਤੁਸੀਂ ਮੇਰੀ ਇਸ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜ਼ਰੂਰ ਦੇਖਣਾ ਚਲੋ ਸ਼ੁਰੂ ਕਰਦੇ ਆਂ ਆਪਣਾ ਅੱਜ ਦਾ ਵੀਡੀਓ ਕੁਐਸਚਨ ਨੰਬਰ 1st ਅਬਦੁੱਲ ਸਮਦ ਖਾਨ ਕਦੋਂ ਪੰਜਾਬ ਦਾ ਗਵਰਨਰ ਬਣਿਆ ਸੀ অপਸ਼ਨ 1 ਅਬਦੁੱਲ ਸਮਦ ਖਾਨ 1713 ਦੇ ਵਿੱਚ ਪੰਜਾਬ ਦਾ ਗਵਰਨਰ ਬਣਿਆ ਸੀ ਕੁਐਸ਼ਨ ਨੰਬਰ 2 ਅਬਦੁੱਲ ਸਮਦ ਖਾਨ ਕਦੋਂ ਤੱਕ ਪੰਜਾਬ ਦਾ ਗਵਰਨਰ ਰਿਹਾ ਸੀ অপਸ਼ਨ 2 ਅਬਦੁੱਲ ਸਮਦ ਖਾਨ 1726 ਤੱਕ ਪੰਜਾਬ ਦਾ ਗਵਰਨਰ ਰਿਹਾ ਸੀ ਕੁਐਸ਼ਨ ਨੰਬਰ 3 ਅਬਦੁਲ ਸਮਦ ਖਾਨ ਦੇ ਸਮੇਂ ਕੌਣ ਮੁਗਲ ਬਾਦਸ਼ਾਹ ਰਹੇ ਸਨ ਆਪਸ਼ਨ 3 ਅਬਦੁਲ ਸਮਦ ਖਾਨ ਦੇ ਸਮੇਂ ਦੋ ਮੁਗਲ ਬਾਦਸ਼ਾਹ ਰਹੇ ਫਰਕੁਸ਼ੀਰ ਅਤੇ ਮੁਹੰਮਦ ਸ਼ਰੰਗੀਲਾ ਕੁਐਸਚਨ ਨੰਬਰ 4 ਅਬਦੁਲ ਸਮਦ ਖਾਨ ਦੇ ਪੁੱਤਰ ਦਾ ਕੀ ਨਾਮ ਸੀ ਆਪਸ਼ਨ 4 ਅਬਦੁਲ ਸਮਦ ਖਾਨ ਦੇ ਪੁੱਤਰ ਦਾ ਨਾਮ ਚਕਰੀਆ ਖਾਨ ਸੀ ਕੁਐਸਚਨ ਨੰਬਰ 5 ਅਬਦੁਲ ਸਮਦ ਖਾਨ ਨੂੰ ਕਿਸ ਮੁਗਲ ਬਾਦਸ਼ਾਹ ਨੇ ਨਿਯੁਕਤ ਕੀਤਾ ਸੀ অপশন 1 আব্দুল সামাদ খান ਨੂੰ ਫਰਖਸ਼ੀਅਰ ਨੇ ਨਿਯੁਕਤ ਕੀਤਾ ਸੀ ਕੁয়েশ্চਨ ਨੰਬਰ 6 মুਗਲ ਬਾਦਸ਼ਾਹ ਫਰਖਸ਼ੀਅਰ ਨੇ আব্দুল সামাদ খান ਨੂੰ ਪੰਜਾਬ ਦਾ ਗਵਰਨਰ ਕਿਸ ਲਈ ਬਣਾਇਆ ਸੀ অপশন 3 মুਗਲ ਬਾਦਸ਼ਾਹ ਫਰਖਸ਼ੀਅਰ ਨੇ আব্দুল সামাদ খান ਨੂੰ ਪੰਜਾਬ ਦਾ ਗਵਰਨਰ ਇਸ ਲਈ ਬਣਾਇਆ ਸੀ 1 ਫਰਸਟ ਤਾਂ ਇਹ ਰੀਜ਼ਨ ਸੀ ਕਿ ਉਹ ਬੰਦਾ ਬਹਾਦਰ ਨੂੰ ਮਾਰਨਾ ਚਾਹੁੰਦਾ ਸੀ ਜੋ ਕਿ ਬਹੁਤ ਤਾਕਤਵਰ ਹੋ ਚੁੱਕਿਆ ਸੀ ਦੂਸਰਾ ਉਸਨੇ ਮੁਗਲ ਬਾਦਸ਼ਾਹ ਫਰਕੁਸ਼ੀਰ ਨੇ ਅਬਦੁਲਸਮਦ ਖਾਨ ਨੂੰ ਕਿਹਾ ਕਿ ਪੰਜਾਬ ਦੇ ਵਿੱਚੋਂ ਸਿੱਖਾਂ ਦਾ ਖਾਤਮਾ ਕਰਨ ਦੇ ਲਈ ਕੁਐਸਚਨ ਨੰਬਰ 7 ਅਬਦੁਲਸਮਦ ਖਾਨ ਨੇ ਕਿਸ ਨੂੰ ਸ਼ਹੀਦ ਕਰਵਾਇਆ ਸੀ ਆਪਸ਼ਨ ਫਰਸਟ ਅਬਦੁਲਸਮਦ ਖਾਨ ਨੇ ਬੰਦਾ ਬਹਾਦਰ ਨੂੰ ਸ਼ਹੀਦ ਕਰਵਾਇਆ ਸੀ ਕੁਐਸਚਨ ਨੰਬਰ 8 ਅਬਦੁੱਲ ਸਮਦ ਖਾਨੇ ਕਿਸ ਦੇ ਖੰਦ ਤੇ ਫਰਮਾਨ ਜਾਰੀ ਕੀਤੇ ਸਨ ਆਪਸ਼ਨ ਸੈਕਿੰਡ ਅਬਦੁੱਲ ਸਮਦ ਖਾਨੇ ਫਰਕਸ਼ੀਰ ਦੇ ਕੰਦ ਤੇ ਫਰਮਾਨ ਜਾਰੀ ਕੀਤੇ ਸਨ ਕੁਐਸਚਨ ਨੰਬਰ 9 ਅਬਦੁੱਲ ਸਮਦ ਖਾਨੇ ਕਿਸ ਦੇ ਵਿਰੁੱਧ ਫਰਮਾਨ ਜਾਰੀ ਕੀਤਾ ਸੀ ਆਪਸ਼ਨ 3rd ਅਬਦੁੱਲ ਸਮਦ ਖਾਨੇ ਪੰਜਾਬ ਦੇ ਸਿੱਖਾਂ ਦੇ ਵਿਰੁੱਧ ਫਰਮਾਨ ਜਾਰੀ ਕੀਤੇ ਸਨ ਕੁਐਸਚਨ ਨੰਬਰ 10 ਅਬਦੁੱਲ ਸਮਦ ਖਾਨੇ ਕਿਹਾ ਕੀ ਕੀਤੇ ਜੇਕਰ ਸਿੱਖ ਮਿਲੇ ਤਾਂ ਉਸ ਨਾਲ ਕੀ ਕਰਨ ਆਪਸ਼ਨ 4th ਅਬਦੁੱਲਸਮਦ ਖਾਨ ਨੇ ਫਰੁਖ ਸ਼ਿਰ ਦੇ ਕਹਨ ਤੇ ਕਿਹਾ ਕਿ ਜੇਕਰ ਤੁਹਾਨੂੰ ਕਿਤੇ ਵੀ ਸਿੱਖ ਮਿਲਦਾ ਹੈ ਤਾਂ ਉਹ ਉਸ ਨੂੰ ਕਤਲ ਕਰ ਦੇਣ ਕੁਐਸਚਨ ਨੰਬਰ 11th ਅਬਦੁੱਲਸਮਦ ਖਾਨ ਨੇ ਕਿਹਾ ਜੇਕਰ ਕੋਈ ਸਿੱਖਾਂ ਦੀ ਸਹਾਇਤਾ ਕਰਦਾ ਹੈ ਉਸ ਨਾਲ ਕਿਹੋ ਜਿਹਾ ਵਿਵਹਾਰ ਕਰੋ ਆਪਸ਼ਨ ਫਸਟ ਅਬਦੁਲਸਮਦ ਖਾਨ ਨੇ ਕਿਹਾ ਜੇਕਰ ਕੋਈ ਸਿੱਖਾ ਨਹੀਂ ਸਹਾਇਤਾ ਕਰਦਾ ਹੋਇਆ ਆਪਾਂ ਆ ਗਿਆ ਤਾਂ ਉਸ ਦਾ ਵੀ ਕਤਲ ਕਰ ਦੇਵੋ ਕੁਐਸਚਨ ਨੰਬਰ 12 ਅਬਦੁਲਸਮਦ ਖਾਨ ਨੇ ਕਿਹਾ ਕਿ ਜੇਕਰ ਕੋਈ ਕਿਸੇ ਸਿੱਖ ਦੀ ਖਬਰ ਦਿੰਦਾ ਹੈ ਜਾਂ ਸਰਵਡ ਦੇ ਲਈ ਹੁੰਦਾ ਹੈ ਤਾਂ ਉਸ ਨੂੰ ਆਪਸ਼ਨ ਸੈਕਿੰਡ ਅਬਦੁਲਸਮਦ ਖਾਨ ਨੇ ਕਿਹਾ ਕਿ ਜੇਕਰ ਕੋਈ ਕਿਸੇ ਵੀ ਸਿੱਖ ਦੀ ਖਬਰ ਦਿੰਦਾ ਹੈ ਕਿ ਕਿੱਥੇ ਕੋਈ ਸਿੱਖ ਸੁਪਿਆ ਹੋਇਆ ਹੈ ਜਾਂ ਕੋਈ ਸਿੱਖ ਦਾ ਸਰਵਡ ਦੇ ਲਈ ਹੁੰਦਾ ਹੈ ਤਾਂ ਉਸ ਨੂੰ ਇਨਾਮ ਦੇਵੋ ਕਵੈਸਚਨ ਨੰਬਰ 13 ਅਬਦੁਲਸਮਦ ਖਾਨ ਨੇ ਕਿਹੜੀ ਉਪਾਦੀਤਾਂਨ ਕੀਤੀ ਸੀ ਆਪਸ਼ਨ 3 ਅਬਦੁਲਸਮਦ ਖਾਨ ਨੂੰ ਰਾਜ ਦੀ ਤਲਵਾਰ ਅਤੇ ਦਲੇਰ ਜੰਗ ਦੋ ਉਪਾਦੀਆਂ ਮਿਲੀਆਂ ਸਨ ਇਸ ਕਰਕੇ ਉਸਨੇ ਇਹ ਦੋ ਉਪਾਦੀਆਂ ਧਾਰਨ ਕੀਤੀਆਂ ਸਨ ਕਵੈਸਚਨ ਨੰਬਰ 14 ਅਬਦੁਲਸਮਦ ਖਾਨ ਨੂੰ ਉਪਾਦੀਆਂ ਕਿਸ ਨੇ ਦਿੱਤੀਆਂ ਸਨ ਆਪਸ਼ਨ 4 ਅਬਦੁਲਸਮਦ ਖਾਨ ਨੂੰ ਉਪਾਦੀਆਂ ਫਰੁਕਸ਼ੀਰ ਨੇ ਦਿੱਤੀਆਂ ਸਨ ਕਵੈਸਚਨ ਨੰਬਰ 15 ਜਿਸ ਸਮੇਂ ਅਬਦੁਲ ਸਮਦ ਖਾਨ ਨੂੰ ਦਲੇਰ ਜੰਗ ਦੀ ਉਪਾਧੀ ਦਿੱਤੀ ਸੀ ਉਸ ਸਮੇਂ ਅਬਦੁਲ ਸਮਦ ਖਾਨ ਕਿੱਥੋਂ ਦਾ ਗਵਰਨਰ ਸੀ ਆਪਸ਼ਨ ਫਰਸਟ ਜਿਸ ਸਮੇਂ ਅਬਦੁਲ ਸਮਦ ਖਾਨ ਨੂੰ ਦਲੇਰ ਜੰਗ ਦੀ ਉਪਾਧੀ ਦਿੱਤੀ ਫਰਖਸ਼ੀਰ ਨੇ ਉਸ ਸਮੇਂ ਅਬਦੁਲ ਸਮਦ ਖਾਨ ਕਸ਼ਮੀਰ ਦਾ ਗਵਰਨਰ ਸੀ ਕੁਐਸਚਨ ਨੰਬਰ 16 ਜਿਸ ਸਮੇਂ ਅਬਦੁਲ ਸਮਦ ਖਾਨ ਨੂੰ ਰਾਜ ਦੀ ਤਲਵਾਰ ਦੀ ਉਪਾਧੀ ਦਿੱਤੀ ਸੀ ਉਸ ਸਮੇਂ ਅਬਦੁਲ ਸਮਦ ਖਾਨ ਕਿੱਥੋਂ ਦਾ ਗਵਰਨਰ ਸੀ অপশন সেকেন্ড ਜਿਸ ਸਮੇ ਅਬਦੁਲਸਮਦ ਖਾਨ ਰਾਜ ਦੀ ਤਲਵਾਰ ਦੀ ਉਪਾਦੀ ਦਿੱਤੀ ਗਈ ਉਸ ਸਮੇ ਅਬਦੁਲਸਮਦ ਖਾਨ ਪੰਜਾਬ ਦਾ ਲੋਹਾਰ ਦਾ ਗਵਰਨਰ ਸੀ ਕੁਐਸਚਨ ਨੰਬਰ 17 ਅਬਦੁਲਸਮਦ ਖਾਨ ਦੇ ਸਮੇ ਕਿਸ ਵਿੱਚ ਫੁੱਟ ਪੈ ਗਈ ਸੀ অপਸ਼ਨ 3rd ਅਬਦੁਲਸਮਦ ਖਾਨ ਦੇ ਸਮੇ ਸਿੱਖਾਂ ਦੇ ਵਿੱਚ ਫੁੱਟ ਪੈ ਗਈ ਸੀ ਕੁਐਸਚਨ ਨੰਬਰ 18 ਸਿੱਖ ਕਿੰਨੇ ਭਾਗਾਂ ਵਿੱਚ ਵੰਡੇ ਗਏ ਸਨ অপਸ਼ਨ 4th ਸਿੱਖਾਂ ਦੇ ਵਿੱਚ ਅਬਦੁੱਲ ਸਮਦ ਖਾਨ ਦੇ ਸਮੇਂ ਫੁੱਟ ਪੈ ਗਈ ਸੀ ਅਤੇ ਇਹ ਦੋ ਭਾਗਾਂ ਵਿੱਚ ਵੰਡੇ ਗਏ ਸਨ। ਕੁਐਸਚਨ ਨੰਬਰ 19 ਸਿੱਖ ਕਿਹੜੇ ਭਾਗਾਂ ਵਿੱਚ ਵੰਡੇ ਗਏ ਸਨ? ਆਪਸ਼ਨ 3 ਸਿੱਖ ਦੋ ਭਾਗਾਂ ਵਿੱਚ ਵੰਡੇ ਗਏ ਸਨ। ਫਸਟ ਤਤ ਖਾਲਸਾ, ਸੈਕਿੰਡ ਬਦਈ ਖਾਲਸਾ। ਕੁਐਸਚਨ ਨੰਬਰ 20 ਤਤ ਖਾਲਸਾ ਦੇ ਲੋਕ ਕਿਸ ਨੂੰ ਮੰਨਦੇ ਸਨ? ਆਪਸ਼ਨ ਸੈਕਿੰਡ ਤਤ ਖਾਲਸਾ ਦੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਸਨ ਕੁਐਸਚਨ ਨੰਬਰ 21 ਬਦਈ ਖਾਲਸਾ ਦੇ ਲੋਕ ਕਿਸ ਨੂੰ ਆਪਣਾ ਗੁਰੂ ਮੰਨਦੇ ਸਨ ਆਪਸ਼ਨ ਫਰਸਟ ਬਦਈ ਖਾਲਸਾ ਦੇ ਲੋਕ ਬੰਦਾਵਾਹਦਰ ਨੂੰ ਆਪਣਾ ਗੁਰੂ ਮੰਨਦੇ ਸਨ ਕੁਐਸਚਨ ਨੰਬਰ 22 ਤਤ ਖਾਲਸਾ ਦੇ ਲੋਕਾਂ ਦੇ ਭੋਜਨ ਕਿਹੋ ਜਿਹਾ ਸੀ ਆਪਸ਼ਨ ਥਰਡ ਤਤ ਖਾਲਸਾ ਦੇ ਲੋਕਾਂ ਦਾ ਭੋਜਨ ਸ਼ਾਕਾਹਾਰੀ ਤੇ ਮਾਸਾਰੀ ਦੋਨੋਂ ਹੀ ਤਰ੍ਹਾਂ ਦਾ ਸੀ ਕਵੈਸਚਨ ਨੰਬਰ 23 ਬਦਈ ਖਾਲਸਾ ਦੇ ਲੋਕਾਂ ਦਾ ਭੋਜਨ ਕਿਹੋ ਜਿਹਾ ਸੀ অপਸ਼ਨ 2 ਬਦਈ ਖਾਲਸਾ ਦੇ ਲੋਕਾਂ ਦਾ ਭੋਜਨ ਸ਼ਾਕਾਹਾਰੀ ਸੀ ਕਵੈਸਚਨ ਨੰਬਰ 24 ਤਤ ਖਾਲਸਾ ਦੇ ਲੋਕ ਕਿਹੋ ਜਿਹੇ ਕੱਪੜੇ ਪਾਉਂਦੇ ਸਨ অপਸ਼ਨ 1 ਤਤ ਖਾਲਸਾ ਦੇ ਲੋਕ ਨੀਲੇ ਰੰਗ ਦੇ ਕੱਪੜੇ ਪਾਉਂਦੇ ਸਨ ਕਵੈਸਚਨ ਨੰਬਰ 25 ਬਦਈ ਖਾਲਸਾ ਦੇ ਲੋਕ ਕਿਸ ਤਰ੍ਹਾਂ ਦੇ ਕੱਪੜੇ ਪਾਉਂਦੇ ਸਨ অপਸ਼ਨ 2 ਬਦਈ ਖਾਲਸਾ ਦੇ ਲੋਕ ਲਾਲ ਰੰਗ ਦੇ ਕੱਪੜੇ ਪੈਣਦੇ ਸਨ ਕੁਐਸਚਨ ਨੰਬਰ 26 ਤਤ ਖਾਲਸਾ ਦੇ ਲੋਕਾਂ ਦਾ ਨਾਰਾ ਕੀ ਸੀ অপਸ਼ਨ 1 ਤਤ ਖਾਲਸਾ ਦੇ ਲੋਕਾਂ ਦਾ ਨਾਰਾ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਕੁਐਸਚਨ ਨੰਬਰ 27 ਬਦਈ ਖਾਲਸਾ ਦੇ ਲੋਕਾਂ ਦਾ ਨਾਰਾ ਕੀ ਸੀ অপਸ਼ਨ 2 ਬਦਈ ਖਾਲਸਾ ਦੇ ਲੋਕਾਂ ਦਾ ਨਾਰਾ ਫਤਿਹ ਦਰਸ਼ਨ ਅਤੇ ਫਤਿਹ ਧਰਮ ਸੀ ਕਵੈਸਚਨ ਨੰਬਰ 28 ਕਦੋਂ ਪੰਜਾਬ ਦੇ ਹਾਲਾਤਾਂ ਵਿੱਚ ਤਬਦੀਲੀਆਂ ਹੋਣੀ ਸ਼ੁਰੂ ਹੋਈ ਆਪਸ਼ਨ 3 1700 ਬੀ ਦੇ ਵਿੱਚ ਪੰਜਾਬ ਦੇ ਹਾਲਾਤਾਂ ਦੇ ਵਿੱਚ ਤਬਦੀਲੀਆਂ ਹੋਣੀ ਸ਼ੁਰੂ ਹੋ ਗਈ ਸੀ ਕਵੈਸਚਨ ਨੰਬਰ 29 ਸਿੱਖਾਂ ਦੇ ਕਿਹੜੇ ਭਾਗ ਫਿਰ ਤੋਂ ਇੱਕ ਹੋ ਗਏ ਸਨ ਆਪਸ਼ਨ 3 ਸਿੱਖਾਂ ਦੇ ਜੋ ਤਤ ਖਾਲਸਾ ਤੇ ਬਦਈ ਖਾਲਸਾ ਵਾਲੇ ਦੋ ਭਾਗ ਹੋਏ ਸਨ ਉਹ ਫਿਰ ਤੋਂ ਇੱਕ ਹੋ ਗਏ ਸਨ ਕਵੈਸਚਨ ਨੰਬਰ 30 ਸਿੱਖਾਂ ਦੇ ਇਨਾਂ ਭਾਗਾਂ ਵਿੱਚ ਕਿਸ ਨੇ ਸਮਝੌਤਾ ਕਰਵਾਇਆ ਸੀ ਆਪਸ਼ਨ 4th ਸਿੱਖਾਂ ਦੇ ਇਨਾਂ ਭਾਗਾਂ ਦੇ ਵਿੱਚ ਭਾਈ ਮਨੀ ਸਿੰਘ ਜੀ ਨੇ ਸਮਝੌਤਾ ਕਰਵਾਇਆ ਸੀ ਕਵੈਸਚਨ ਨੰਬਰ 31 ਭਾਈ ਮਨੀ ਸਿੰਘ ਨੇ ਕਦੋਂ ਇਨਾਂ ਵਿੱਚ ਸਮਝੌਤਾ ਕਰਵਾ ਦਿੱਤਾ ਸੀ ਆਪਸ਼ਨ 1st ਭਾਈ ਮਨੀ ਸਿੰਘ ਨੇ 1721 ਦੇ ਵਿੱਚ ਇਨਾਂ ਵਿੱਚ ਸਮਝੌਤਾ ਕਰਵਾ ਦਿੱਤਾ ਸੀ ਕਵੈਸਚਨ ਨੰਬਰ 32 ਕਿੱਥੇ ਤਤ ਖਾਲਸਾ ਤੇ ਵਦਈ ਖਾਲਸਾ ਵਿੱਚ ਸਮਝੌਤਾ ਹੋ ਗਿਆ ਸੀ অপਸ਼ਨ 2 ਅੰਮ੍ਰਿਤਸਰ ਸਾਹਿਬ ਦੇ ਵਿੱਚ ਤਤ ਖਾਲਸਾ ਤੇ ਵਦਈ ਖਾਲਸਾ ਵਿੱਚ ਸਮਝੌਤਾ ਹੋ ਗਿਆ ਅਤੇ ਸਿੱਖ ਇੱਕ ਹੋ ਗਏ ਸਨ ਕੁਐਸਚਨ ਨੰਬਰ 33 ਜਦੋਂ ਤਤ ਖਾਲਸਾ ਤੇ ਵਦਈ ਖਾਲਸਾ ਵਿੱਚ ਸਮਝੌਤਾ ਹੋਇਆ ਉਹ ਕਿਹੜਾ ਦਿਨ ਸੀ অপਸ਼ਨ 3 ਜਦੋਂ ਤਤ ਖਾਲਸਾ ਤੇ ਵਦਈ ਖਾਲਸਾ ਦੇ ਵਿੱਚ ਸਮਝੌਤਾ ਹੋਇਆ ਉਹ ਬੇਸਾਖੀ ਦਾ ਦਿਨ ਸੀ ਕਵੈਸਚਨ ਨੰਬਰ 34 ਸਿੱਖਾਂ ਨੇ ਕਿੰਨੇ ਕਿੰਨੇ ਜਥੇ ਬਣਾਏ ਸਨ ਆਪਸ਼ਨ 4 ਸਿੱਖਾਂ ਨੇ 100-100 ਦੇ ਜਥੇ ਬਣਾਏ ਸਨ ਕਵੈਸਚਨ ਨੰਬਰ 35 ਇਹਨਾਂ ਜਥਿਆਂ ਨੇ ਅੱਗੇ ਜਾ ਕੇ ਕਿਸ ਤਰ੍ਹਾਂ ਰੂਪ ਤਾਰਨ ਕਰ ਲਿਆ ਸੀ ਆਪਸ਼ਨ 3 ਇਹਨਾਂ ਜਥਿਆਂ ਨੇ ਅੱਗੇ ਜਾ ਕੇ ਪਹਿਲਾਂ ਦਲ ਖਾਲਸਾ ਅਤੇ ਫਿਰ ਦਲ ਖਾਲਸਾ ਤੋਂ ਮਿਸਲਾਂ ਦਾ ਰੂਪ ਤਾਰਨ ਕਰ ਲਿਆ ਸੀ ਕਵੈਸਚਨ ਨੰਬਰ 36 ਸਿੱਖਾਂ ਨੇ ਜਥੇ ਕਿਉਂ ਬਣਾਏ ਸਨ ਆਪਸ਼ਨ 3 ਸਿੱਖਾਂ ਨੇ ਜਥੇ ਮੁਗਲਾਂ ਦੇ ਜ਼ੁਲਮਾਂ ਦਾ ਟੱਕਰਾਂ ਕਰਨ ਲਈ ਉਹਨਾਂ ਤੋਂ ਬਚਣ ਲਈ ਅਤੇ ਮੁਗਲਾਂ ਦੀ ਲੁੱਟਖੋ ਕਰਨ ਦੇ ਲਈ ਬਣਾਏ ਸਨ ਕੁਐਸਚਨ ਨੰਬਰ 37 ਅਬਦੁੱਲ ਸਮਦ ਖਾਨੇ ਕਿਸ ਨੂੰ ਕਾਰਵਾਈਆਂ ਲਈ ਭੇਜਿਆ ਸੀ ਆਪਸ਼ਨ 4th ਅਬਦੁੱਲ ਸਮਦ ਖਾਨੇ ਅਸਮਲ ਖਾਨ ਨੂੰ ਕਾਰਵਾਈਆਂ ਦੇ ਲਈ ਭੇਜਿਆ ਸੀ ਕੁਐਸਚਨ ਨੰਬਰ 38 ਅਬਦੁੱਲ ਸਮਦ ਖਾਨੇ ਕਿਸ ਬ੍ਰਿਧ ਸੈਨਾ ਭੇਜੀ ਸੀ ਆਪਸ਼ਨ 1st ਅਬਦੁਲ ਸਮਦ ਖਾਨੀ ਸਿੱਖਾਂ ਦੇ ਵਿਰੁੱਧ ਸੈਨਾ ਭੇਜੀ ਸੀ 1726 ਤੱਕ ਕੌਣ ਬਹੁਤ ਜ਼ਿਆਦਾ ਖਤਰਨਾਕ ਹੋ ਗਿਆ ਸੀ ਆਪਸ਼ਨ ਸੈਕਿੰਡ 1726 ਤੱਕ ਸਿੱਖ ਬਹੁਤ ਹੀ ਜ਼ਿਆਦਾ ਖਤਰਨਾਕ ਹੋ ਗਏ ਸਨ ਅਬਦੁਲ ਸਮਦ ਖਾਨ ਨੂੰ ਕਿਉਂ ਪੰਜਾਬ ਦੀ ਗਵਰਨਰੀ ਤੋਂ ਹਟਾ ਦਿੱਤਾ ਸੀ ਆਪਸ਼ਨ 3 ਅਬਦੁਲ ਸਮਦ ਖਾਨ ਨੂੰ ਕੁਛ ਤਾਂ ਉਹ ਉਮਰ ਦਾ ਬਹੁਤ ਵੱਡਾ ਹੋਣ ਕਰਕੇ ਬੁੱਢਾ ਹੋ ਗਿਆ ਸੀ ਅਤੇ ਸਿੱਖ ਜ਼ਿਆਦਾ ਖਤਰਨਾਕ ਹੋ ਗਏ ਸਨ ਜਿਸ ਕਰਕੇ ਉਹ ਸਿੱਖਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਸੀ ਇਸ ਕਰਕੇ ਅਬਦੁਲ ਸਮਦ ਖਾਨ ਨੂੰ ਪੰਜਾਬ ਦੀ ਗਵਰਨਰਰੀ ਤੋਂ ਹਟਾ ਦਿੱਤਾ ਸੀ ਅਬਦੁਲ ਸਮਦ ਖਾਨ ਤੋਂ ਬਾਅਦ ਕਿਸ ਨੂੰ ਲੋਹਰ ਦਾ ਗਵਰਨਰ ਬਣਾਇਆ ਗਿਆ ਸੀ ਆਪਸ਼ਨ 4th ਅਬਦੁਲ ਸਮਦ ਖਾਨ ਤੋਂ ਬਾਅਦ ਜਕਰੀਆ ਖਾਨ ਅਬਦੁਲ ਸਮਦ ਖਾਨ ਦੇ ਪੁੱਤਰ ਨੂੰ ਲੋਹਰ ਦਾ ਗਵਰਨਰ ਬਣਾਇਆ ਗਿਆ ਸੀ ਹਾਂਜੀ ਇਹ ਸੰਸਾੜ ਦੇ ਅੱਜ ਦੇ ਐਮਸੀਕਿਊ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਵੇ ਤਾਂ ਤੁਸੀਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਇਸ ਤਰ੍ਹਾਂ ਦੇ ਹੋਰ ਐਜੂਕੇਸ਼ਨਲ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਸਾਡਾ ਹਾਈ ਫਾਈ ਐਗਜ਼ਾਮ ਸਟੱਡੀ ਚੈਨਲ ਵਿਜ਼ਿਟ ਕਰੋ ਅਤੇ ਸਬਸਕ੍ਰਾਈਬ ਵੀ ਜ਼ਰੂਰ ਕਰੋ ਥੈਂਕ ਯੂ